ਰੱਦ ਕਰਦਾ ਹੈ ਤੇ ਪ੍ਰਦਰਸ਼ਨੀ ਦੇ ਵਿੱਚ ਨਿਸ਼ਾਨਾ ਬਣਾ ਕੇ ਕਿ ਜੀ ਜੱਟ ਵਿਤਕਰਾ ਕਰਦੇ, ਜੱਟ ਇੱਕ ਪੂਰੇ ਪੂਰੀ ਕਮਿਊਨਿਟੀ, ਜੱਟ ਇੱਕ ਕਬੀਲਾ, ਬਾਈ ਦਾ ਵੇ ਜੱਟ ਮੁਸਲਮਾਨ ਵੀ ਹੁੰਦੇ ਆ। ਤੁਸੀਂ ਜਾ ਕੇ ਦੇਖੋ ਜਿਹੜੇ ਜੱਟ ਗੁਰੂ ਸਾਹਿਬ ਤੇ ਸਿੱਖੀ ਤੋਂ ਵੀ ਪ੍ਰਭਾਵ ਕਿ ਜਿੰਨੇ ਸਨ ਜੱਟ ਬਹੁਤ ਜ਼ਿਆਦਾ ਜਿਹੜੇ ਸਿੱਖ ਬਣੇ ਆ। ਮਾਫ ਕਰਨਾ, ਅੱਜ ਜਿੰਨਾ ਮਰਜ਼ੀ ਜੱਟਾਂ ਨੂੰ ਗਾਲਾਂ ਕੱਢ ਲਓ, ਠੀਕ ਆ, ਕਈਆਂ ਦੇ ਵਿੱਚ ਧੌਣ 'ਚ ਕਿੱਲਾ ਵੀ ਅੜਿਆ ਹੁੰਦਾ ਕਿ ਅਸੀਂ ਬਹੁਤ ਵੱਡੇ ਹਾਂ, ਇਹ ਨਹੀਂ। ਪਰ ਸੱਚ ਹੈ ਜਿਨ੍ਹਾਂ ਨੂੰ ਤੁਸੀਂ ਜੱਟ ਕਹਿ ਕਹਿ ਕੇ ਸੁੱਟੀ ਜਾਂਦੇ ਹੋ ਨਾ, ਉਹਨਾਂ ਦੇ ਸਾਹਮਣੇ ਗੁਰੂ ਦੀ ਨਿੰਦਾ ਕਰਕੇ ਵੀ ਦੇਖਿਓ ਪੈਰ ਨਿਕਲਦੇ ਆ। ਜਾਤ ਦੀ ਇਹ ਸੁਣੀ ਇਹ ਗੱਲ ਨਹੀਂ, ਜਾਤ ਪਾਤ ਦਾ ਮਾਣ ਨਹੀਂ ਹੋਣਾ ਚਾਹੀਦਾ। ਜਾਤ ਦਾ ਧਰਮ ਨਾ ਕਰਿਓ ਕੋਈ, ਗੁਰੂ ਅਰਜਨ ਦੇਵ ਬਾਰ ਬਾਰ ਲਿਖਿਆ, ਜਾਤ ਦਾ ਧਰਮ ਨਾ ਕਰ ਮੂਰਖ ਗਵਾ, ਬੜਾ ਕੁਛ ਲਿਖਿਆ। ਪਰ ਕੈਨੇਡਾ ਵਿੱਚ ਇਹਨੂੰ ਰੇਸਿਜ਼ਮ ਮੰਨਿਆ ਜਾਂਦਾ ਕਿ ਕਿਸੇ ਇੱਕ ਕਮਿਊਨਿਟੀ ਨੂੰ ਪੂਰੀ ਨੂੰ ਨਿਸ਼ਾਨੇ 'ਤੇ ਰੱਖ ਲਓ। ਹੋਰ ਉਹਦੇ ਵਿੱਚ ਇਹ ਲਿਖ ਦਿੱਤਾ ਕਿ ਜੀ ਆਹ ਗੁਰਦੁਆਰਾ ਸਾਹਿਬ, ਇੱਕ ਅਕਾਲੀ ਸਿੰਘ ਗੁਰਦੁਆਰਾ ਸਾਹਿਬ ਦੇ 1979 ਤੋਂ 82 ਤੱਕ ਦਾ ਟਾਈਮ ਲਿਖਤਾ ਕਿ ਇੱਥੇ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਨਾਲ ਧੱਕਾ ਹੋਇਆ ਕਿ ਅਸੀਂ ਇਸ ਕਰਕੇ ਜਿਹੜੇ ਦਲਿਤ ਆ ਆਪਣਾ ਵੱਖਰਾ ਗੁਰਦੁਆਰਾ ਬਣਾਇਆ। ਧੱਕਾ ਇਹ ਹੋਇਆ ਕਿ ਗੁਰੂ ਰਵਿਦਾਸ ਸ਼ਬਦ ਜਿਹੜਾ ਵਰਤਣ 'ਤੇ ਰੋਕ ਲਾਈ ਗਈ। ਪਹਿਲੀ ਗੱਲ ਤਾਂ ਇਹ ਹੈ ਕਿ ਭਗਤੀ ਕਾਵ, ਭਗਤੀ ਧਾਰਾ ਗੁਰਮਤਿ ਧਾਰਾ ਤੋਂ ਪਹਿਲਾਂ ਦੀ ਹੈ, ਪਹਿਲਾਂ ਭਗਤੀ ਧਾਰਾ ਚੱਲੀ ਹੈ। ਭਗਤ ਕਬੀਰ ਜੀ, ਫਰੀਦ ਜੀ, ਰਵਿਦਾਸ ਜੀ, ਪੀਪਾ ਜੀ, ਸਦਨਾ ਜੀ, ਨਾਮਦੇਵ ਜੀ, ਤਰਲੋਚਨ ਜੀ, ਕਿੰਨਿਆਂ ਦੇ ਨਾਲ ਇਹ ਭਗਤੀ ਗੁਰੂ ਸਾਹਿਬ ਨੇ ਇਹਨੂੰ ਰੈਕੋਗਨਾਈਜ਼ ਕੀਤਾ। ਕਿਹਨੂੰ ਪਤਾ ਹੁੰਦਾ ਸੀ ਭਗਤ ਪੀਪੇ ਦਾ, ਸਦਨੇ ਦਾ, ਕਿਹਨੂੰ ਕਿਹਨੂੰ ਯਾਦ ਹੁੰਦਾ ਸੀ ਨਾਮ, ਕਿਹਨੇ ਨਾਮਦੇਵ ਜੀ ਨੂੰ ਯਾਦ ਕਰਨਾ ਸੀ, ਚੰਦ ਰਹਿ ਜਾਣੇ ਸੀ, ਉਹ ਵੀ ਇੱਕ ਉਹਨਾਂ ਦੀ ਕਿਉਂਕਿ ਮੂਵਮੈਂਟ ਵੱਡੀ ਸੀ, ਭਗਤ ਕਬੀਰ ਜੀ ਜਾਂ ਕੁਛ ਹੋਰ, ਬਹੁਤ ਯਾਦ ਹੁੰਦਾ। ਗੁਰੂ ਸਾਹਿਬ ਨੇ ਰੈਕੋਗਨਾਈਜ਼ ਕੀਤਾ ਤੇ ਨਾਲ ਇਹ ਕਿ ਭਗਤ ਸਤਿਗੁਰੂ ਹਮਾਰਾ ਸਤਿਕਾਰ ਦਿੱਤਾ, ਮੱਥਾ ਕੱਲੇ ਗੁਰੂ ਪੰਜ ਗੁਰੂਆਂ ਨੂੰ, 6 ਗੁਰੂਆਂ ਨੂੰ ਅਸੀਂ ਦੇਖਦੇ ਹਾਂ ਇੱਥੇ ਮੱਥਾ। ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਜਿਹੜੇ ਇਸ ਤਰ੍ਹਾਂ ਦੀ ਟਿੱਪਣੀ ਕਰਦੇ ਨੇ, ਇੱਥੇ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਕਿ ਅਸੀਂ ਤਾਂ 6 ਗੁਰੂਆਂ ਦੀ ਬਾਣੀ ਹੈ, ਉਹਨੂੰ ਮੱਥਾ ਟੇਕਣਾ, ਬਾਕੀਆਂ ਨੂੰ ਨਹੀਂ। ਕਿੱਡੀ ਹਾਸੋਹਣੀ ਗੱਲ ਹੈ, ਸਾਰਿਆਂ ਦਾ ਸਤਿਕਾਰ ਹੈ। ਪਰ ਗੁਰਦਾ ਗੱਦੀ ਦੀ ਇੱਕ ਪੂਰੀ ਪਰੰਪਰਾ ਹੈ, ਇੱਕ ਸਿਸਟਮ ਹੈ, ਇੱਕ ਪ੍ਰਣਾਲੀ ਹੈ, ਇੱਕ ਵਿਧੀ ਵਿਧਾਨ ਹੈ ਕਿ ਗੁਰੂ ਨਾਨਕ ਸਾਹਿਬ ਨੇ ਪਰਿਵਾਰਵਾਦ ਨੂੰ ਨਹੀਂ, ਸੇਵਕ ਸ਼ਰਧਾਲੂ ਤੇ ਯੋਗ ਲਾਇਕ ਤਖ਼ਤ ਰਾਜਾ ਸੁਖ ਨੇ ਜੋ ਤਖ਼ਤ ਲਾਇਕ ਹੋਈ ਉਹਨੂੰ ਗੁਰਤਾ ਗੱਦੀ ਦਿੱਤੀ। ਸ਼੍ਰੀ ਚੰਦ ਰਾਸ਼ਮੀ ਦਾਸ ਜੀ, ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਮਿਲੀ, ਮੋਹਰੀ ਜੀ ਮੋਹਣੀ ਮੋਹਣ ਅੱਗੇ ਜਾ ਕੇ ਜੇ ਅਸੀਂ ਅਲੱਗ ਅਲੱਗ ਜਿਹੜੇ ਤਿੰਨੇ ਚਾਰੇ ਗੁਰੂ ਸਾਹਿਬਾਨ ਦੀ ਗੱਲ ਕਰੀਏ, ਉਸ ਤੋਂ ਬਾਅਦ ਵੀ ਮਾਫ ਕਰਨਾ। ਇੱਥੇ ਇੱਕ ਹੋਰ ਟ੍ਰੈਂਡ ਹੈ ਜਿਹੜਾ ਸਿੱਖਾਂ ਦੇ ਵਿੱਚ ਪੈਦਾ ਹੋਇਆ, ਉਹ ਵੀ ਗਲਤ ਹੈ। ਮੈਂ ਉਸ ਨੂੰ ਵੀ ਵਿਦ ਡਿਊ ਰਿਸਪੈਕਟ ਰੱਦ ਕਰਦਾ ਕਿ ਜੀ ਬੀਬੀ ਭਾਨੀ ਜੀ ਨੇ ਮੰਗ ਕੇ ਗੁਰਤਾ ਗੱਦੀ ਘਰ 'ਚ ਰੱਖ ਲਈ, ਉਹ ਬਿਲਕੁਲ ਗਲਤ ਹੈ। ਗੁਰਮਤਿ ਦੇ ਯੋਗਤਾ ਦੇ ਸਿਧਾਂਤ ਨਾਲ ਗੁਰਤਾ ਗੱਦੀ ਨਹੀਂ ਹੈ, ਸ਼ਹਾਦਤਾਂ ਦਾ ਇਤਿਹਾਸ ਹੈ, ਕੁਰਬਾਨੀਆਂ ਦਾ। ਇਉਂ ਨਹੀਂ, ਜੇ ਮੰਗਣੀ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਵੀ ਮੰਗ ਰਹੇ ਸੀ। ਇਹ ਕਾਬਲੀਅਤ ਦੇ ਅਨੁਸਾਰ ਹੈ, ਪਰਿਵਾਰਵਾਦ ਨਹੀਂ ਹੈ। ਇਹ ਸਿਧਾਂਤ ਦੇ ਬਾਰੇ ਜਦੋਂ ਤੱਕ ਅਸੀਂ ਸੈਲਫ ਅਨੈਲਿਸਿਸ ਨਹੀਂ ਕਰਦੇ, ਅਸੀਂ ਬਾਕੀਆਂ ਨੂੰ ਕ੍ਰਿਟੀਸਾਈਜ਼ ਕਰੀ ਜਾਂਦੇ ਹਾਂ। ਬਾਕੀਆਂ ਨੂੰ ਆਲੋਚਨਾ ਕਰ ਲਓ ਜੀ, ਆਪਣੀ ਗੱਲ ਨਾ ਕਰੋ, ਕਿਉਂ ਨਾ ਵੀ ਕਰੋ। ਗੁਰਤਾ ਗੱਦੀ ਪਰਿਵਾਰਵਾਦ ਨਹੀਂ। ਤੇ ਜਿਹੜੇ ਕਹਿੰਦੇ ਆ ਜੀ ਗੁਰੂ ਸਾਹਿਬ ਨੂੰ ਤਾਂ ਤੁਸੀਂ ਗੁਰੂ ਕਹਿੰਦੇ ਹੋ ਤੇ ਰਵਿਦਾਸ ਜੀ ਨੂੰ ਗੁਰੂ ਨਹੀਂ ਕਿਹਾ ਕਿ ਅਸੀਂ ਜਾ ਕੇ ਆਪਣਾ ਗੁਰਦੁਆਰਾ ਬਣਾ ਲਿਆ। ਸਵਾਲ ਇਹ ਹੈ ਕਿ ਗੁਰੂ ਸਾਹਿਬ ਨੇ
ਰਵਿਦਾਸ ਜੀ ਨੂੰ ਕੀ ਕਿਹਾ, ਉਹਨਾਂ ਨੇ ਉਹਨਾਂ ਦੇ ਨਾਂ ਨਾਲ ਕੀ ਲਿਖਿਆ, ਭਗਤ ਰਵਿਦਾਸ, ਸ਼੍ਰੋਮਣੀ ਭਗਤ, ਮਹਾਨ ਸਤਿਕਾਰਯੋਗ। ਅਸੀਂ ਵੀ ਕਹਿੰਦੇ ਹਾਂ ਸਤਿਕਾਰ ਹੈ, ਅਤੇ ਜਿਹੜੇ ਉਪਾਸ਼ਕ ਨੇ ਉਹ ਭਗਤ ਰਵਿਦਾਸ ਜੀ ਨੂੰ ਗੁਰੂ ਰਵਿਦਾਸ ਕਹਿੰਦੇ ਆ। ਸੌ ਵਾਰ ਕਹਿਣ, ਸਾਨੂੰ ਕੀ ਇਤਰਾਜ਼ ਆ ਉਹਨਾਂ ਦੇ ਗੁਰੂ ਨੇ, ਕਬੀਰ ਜੀ ਨੂੰ ਕੋਈ ਗੁਰੂ ਕਹਿੰਦਾ ਤਾਂ ਕਹਿਣ। ਸਾਨੂੰ ਧੱਕੇ ਨਾਲ ਕਹਾਉਣ ਦੀ ਕੀ ਲੋੜ ਆ ਭਾਈ, ਅਸੀਂ ਤਾਂ ਉਹਨਾਂ ਦਾ ਸਤਿਕਾਰ ਗੁਰੂ ਸਾਹਿਬ ਦੇ ਬਰਾਬਰ ਕਰਦੇ ਹਾਂ। ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਅਤੇ ਭਗਤ ਫਰੀਦ ਜੀ ਦੇ ਵਿੱਚ ਕੋਈ ਅੰਤਰ ਨਹੀਂ, ਸਾਰਿਆਂ ਨੂੰ ਇੱਕ ਥਾਂ 'ਤੇ, ਪਰ ਇਹ ਪ੍ਰਦਰਸ਼ਨੀ 'ਚ ਇਸ ਗੱਲ ਨੂੰ ਹਾਈਲਾਈਟ ਕਰਤਾ। ਅਤੇ ਅਖੀਰ ਨੂੰ ਮਸਲਾ ਕੀ ਹੈ, ਮਸਲਾ ਇਹ ਹੈ ਕਿ ਜਦੋਂ ਅਸੀਂ ਜੱਟਾਂ ਨੂੰ ਕੇਵਲ ਨਿਸ਼ਾਨੇ 'ਤੇ ਰੱਖ ਕੇ, ਕੁਝ ਜੱਟਾਂ ਨੂੰ ਵੀ ਸਮੁੱਚੀ ਜੱਟ ਕੌਮ ਨੂੰ ਨਿਸ਼ਾਨੇ 'ਤੇ ਰੱਖ ਕੇ ਕ੍ਰਿਟੀਸਾਈਜ਼ ਕਰਾਂਗੇ, ਤਾਂ ਇੱਕ ਜਿਹੜੀ ਮੂਵਮੈਂਟ ਇਸ ਵੇਲੇ ਚੱਲ ਰਹੀ ਹੈ, ਜਿਹੜੀ ਪੰਜਾਬ ਦੀ ਕਿਸਾਨੀ ਦੀ ਮੂਵਮੈਂਟ ਹੈ, ਜਿਹਦੇ 'ਚ ਸੱਚਾਈ ਹੈ ਕਿ 90% ਪੰਜਾਬ ਦੇ ਜੱਟ ਨੇ, ਪੂਰੇ ਭਾਰਤ ਦੇ ਨੇ, ਉਹ ਕਿਸਾਨ ਮੂਵਮੈਂਟ ਅਗੇਂਸਟ ਇੰਡੀਅਨ ਗਵਰਨਮੈਂਟ। ਉਹ ਡਿਲੀਟ ਹੋ ਜਾਵੇ, ਉਹ ਫੈਕਟਰ ਡਾਇਲੂਟ ਹੋ ਜਾਵੇ, ਧਿਆਨ ਦਵਾਈ ਦਾ ਹੋ ਜਾਵੇ, ਇੱਕ ਨਵਾਂ ਨੈਰੇਟਿਵ ਸਿਰਜ ਦਿਓ ਕਿ ਜਿਹੜੇ ਜੱਟਾਂ ਮਾੜੇ, ਜੱਟ ਤਾਂ ਥਾਂ ਥਾਂ 'ਤੇ ਮਰੀ ਜਾਂਦੇ, ਗੁਰਬਤ ਦਾ ਸ਼ਿਕਾਰ ਨੇ, ਭੁੱਖੇ ਮਰ ਰਹੇ, ਰਿਜ਼ਰਵੇਸ਼ਨ ਦੇ ਵਿੱਚ ਸਭ ਤੋਂ ਵੱਡਾ ਘਾਟਾ ਤਾਂ ਉਹਨਾਂ ਨੂੰ ਪਿਆ। ਪੰਜਾਬ ਨੂੰ ਛੱਡ ਦਿਓ, ਬਾਕੀ ਸਾਰਿਆਂ ਦੇ ਪੂਰੇ ਭਾਰਤ ਦੇ ਵਿੱਚ ਜਿਹੜਾ ਕਿਸਾਨ ਹੈ ਨਾ, ਉਹ ਵੀ ਸੀ ਚਾਹੁੰਦਾ ਜਿਹਨੂੰ ਸਹੂਲਤਾਂ ਮਿਲਦੀਆਂ, ਜਿਹਨੂੰ ਰਿਜ਼ਰਵੇਸ਼ਨ ਅਸੀਂ ਕਹਿੰਦੇ ਹਾਂ, ਰਾਖਵਾਂ ਕਰਨ। ਇਕੱਲਾ ਪੰਜਾਬ ਦਾ ਜਿਹੜਾ ਨਹੀਂ ਆਉਂਦਾ, ਤੂੰ ਤਾਂ ਜੱਟ ਹੈ ਜੀ, ਦਿਨ ਵੱਟ ਸਾਰਾ ਕੁਝ ਉਜੜਿਆ ਪਿਆ, ਕਿਉਂ ਬਾਹਰ ਆ ਰਹੇ ਆ, ਕਿਉਂ ਫੌਜਾਂ 'ਚ ਜਾਂਦੇ ਸੀ? ਜੱਟ ਦੇ ਕੋਲ ਜ਼ਮੀਨ ਸੀ, ਕਿਰਤੀ ਸੀ, ਮਿਹਨਤੀ ਸੀ, ਜ਼ਮੀਨ ਦੇਣ ਦੇ ਵਿੱਚ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਇੱਕ ਲੰਮਾ ਇਤਿਹਾਸ ਹੈ। ਪਰ ਉਹਨਾਂ ਨੇ ਕਿਹਾ ਕਿ ਜ਼ਮੀਨ ਨਾ ਵੰਡੀ ਜਾਵੇ, ਚਾਰ ਜਵਾਕ ਆ, ਤੂੰ ਫੌਜ ਚਲੇ ਜਾਓ, ਉੱਥੇ ਜਾ ਕੇ ਜਾਨਾਂ ਚਲੀਆਂ ਗਈਆਂ, ਜ਼ਮੀਨ ਨਾ ਘੱਟ ਗਈ, ਫੌਜ ਭੇਜਤਾ, ਜ਼ਮੀਨ ਉਹਦੀ ਬਚਣੀ ਆ, ਬਾਹਰ ਆ ਗਈ। ਪਰ ਉਹਦੀ ਗਰੰਟੀ ਕੋਈ ਨਹੀਂ, ਅਤੇ ਪਰ ਅਸੀਂ ਕਦੇ ਉਹਦਾ ਨੋਟਿਸ ਨਹੀਂ ਲਿਆ। ਅਤੇ ਹੁਣ ਇੱਕ ਨਵਾਂ ਉਸੇ ਹੀ ਸਿਸਟਮ ਦੇ ਵਿੱਚ ਸਾਡੇ ਬਹੁਤ ਹੋਰ ਆ, ਅਸੀਂ ਸਿੱਖ ਹੈਰੀਟੇਜ ਦੀ ਗੱਲ ਕਰਦੇ ਹਾਂ, ਪਰ ਸਾਡੀਆਂ ਸੰਸਥਾਵਾਂ ਵੀ ਨੇ, ਉਹਨਾਂ ਨੇ ਆਹ ਅਗਲਾ ਮਹੀਨਾ ਜਿਹੜਾ ਅਪ੍ਰੈਲ ਦਾ, ਉਹ ਮਹੀਨਾ ਅਪ੍ਰੈਲ ਦਾ ਹੈ ਸਿੱਖ ਹੈਰੀਟੇਜ ਮੰਥ ਕੈਨੇਡਾ ਦੇ ਵਿੱਚ। ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਕਹਿੰਦੇ ਆ। ਇਹ ਖਾਲਸਾ ਸਾਜਨਾ ਵੀ ਇਹਦੇ 'ਚ ਹੈ, ਸਾਡੀਆਂ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਇਹਦੇ 'ਚ ਨੇ। ਪਰ ਇੱਕ ਨਵਾਂ ਕੰਮ ਸ਼ੁਰੂ ਕਰਤਾ, 6 ਅਪ੍ਰੈਲ ਨੂੰ ਵੀ ਅਸੀਂ ਬਰਨ ਵੀ ਜਾਵਾਂਗੇ, ਅਤੇ ਕਾਲ ਓਵਰਕਾਸਟ ਜਿਹੜੀ ਪ੍ਰਦਰਸ਼ਨੀ ਆ, ਉੱਥੇ ਅਸੀਂ ਡਿਸਕਸ਼ਨ ਕਰਾਂਗੇ ਸਿੱਖ ਪੰਜਾਬ ਸਾਊਥ ਏਸ਼ੀਅਨ। ਸਾਊਥ ਏਸ਼ੀਅਨ ਅਸੀਂ ਕਿਵੇਂ ਹੋ ਗਏ ਭਾਈ, ਸਾਊਥ ਏਸ਼ੀਅਨ ਦਾ ਘੁੰਮਣ ਭੂਸਾ ਖੜਾ ਕਰਕੇ ਉਹੀ ਕੁਛ ਕਰਤਾ ਜਦੋਂ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਅਣਵੰਡੇ ਪੰਜਾਬ ਦੇ, ਸਾਂਝੇ ਪੰਜਾਬ ਦੇ ਲੋਕ ਆਏ ਸਨ। ਉਹਨਾਂ ਨੂੰ ਪਤਾ ਕੀ ਕਿਹਾ ਗਿਆ, ਆਹ ਗੁਰੂ ਨਾਨਕ ਜਹਾਜ਼ ਦਾ ਜਿਹਨੇ ਨਾਮ ਬਦਲਿਆ, ਕਾਮਾਘਾਟਾ ਮਾਰੂ ਪ੍ਰਚਲਿਤ ਕਰਤਾ, ਸਾਡੇ ਸੰਘ ਦੇ ਥੱਲੇ ਉੱਤਰਦਾ ਹੀ ਕਾਮਾਘਾਟਾ ਮਾਰੂ ਹੈ, ਗੁਰੂ ਨਾਨਕ ਜਹਾਜ਼ ਕਰਨਾ ਤਾਂ ਮਿੰਟ 'ਚ ਫਿਰ ਭੁੱਲ ਜਾਂਦਾ, ਕਾਮਾਘਾਟਾ ਮਾਰੂ, ਗੁਰੂ ਨਾਨਕ ਜਹਾਜ਼ ਸੀ, ਹਿਸਟੋਰੀਕਲ ਫੈਕਟ ਹੈ, ਉਹ ਲੀਜ 'ਤੇ ਲਿਆ ਸੀ, ਭਾਈ ਗੁਰਜੰਤ ਸਿੰਘ ਨੇ ਨਾਮ ਰੱਖਿਆ ਸੀ, 11,000 ਪਹਿਲਾਂ $60,000 ਕੁੱਲ ਦੇਣਾ ਸੀ, ਦੂਜੀ ਕਿਸ਼ਤ ਫਿਰ ਦਿੱਤੀ, ਮੁੜ ਕੇ ਨੁਕਸਾਨ ਕਿੰਨਾ ਹੋਇਆ, ਪਰ ਉਹ ਰਜਿਸਟਰਡ ਗੁਰੂ ਨਾਨਕ ਸਟੀਮਸ਼ਿਪ ਕੰਪਨੀ, ਗੁਰੂ ਨਾਨਕ ਮਰਚੈਂਟ, ਗੁਰੂ ਨਾਨਕ ਜਹਾਜ਼ ਇਹ ਨਾਮ ਸੀ। ਚੈਲੰਜ ਕਰਿਆ ਕਰੋ, ਰਿਐਕਟ ਕਰਿਆ ਕਰੋ, ਨਹੀਂ ਸਾਡੀਆਂ ਸਟੇਜਾਂ 'ਤੇ ਵੀ ਬੋਲੀ ਜਾਂਦੇ ਆ, ਚੱਲ ਕੋਈ ਨਹੀਂ, ਸਾਨੂੰ ਕੀ ਹੈ, ਹੋਰ ਕਿਹਨੂੰ ਹੋਏਗਾ, ਇਤਿਹਾਸ ਵਿਗਾੜਦੇ। ਜਦੋਂ ਅਸੀਂ ਇਤਿਹਾਸ ਦੀ ਇਹ ਗੱਲ ਕਰਦੇ ਹਾਂ, ਨਾਲ ਹੀ ਇਹ ਗੱਲ ਸੀ ਕਿ ਜਦੋਂ ਬਾਬੇ ਆਏ
ਭਾਈ ਬਲਵੰਤ ਸਿੰਘ ਜੀ ਚਾਹੇ ਭਾਈ ਮੇਵਾ ਸਿੰਘ ਜੀ, ਇਹਨਾਂ ਯੋਧਿਆਂ ਦੀ ਇੱਕ ਬਹੁਤ ਵੱਡੀ ਗੱਲ ਸੀ ਕਿ ਇਹਨਾਂ ਨੇ ਮੂਲ ਨਿਵਾਸੀਆਂ ਨਾਲ ਪਿਆਰ ਰੱਖਿਆ, ਇੰਡੀਜਨਸ ਨਾਲ। ਗਿਆਨੀ ਕੇਸਰ ਸਿੰਘ ਨਾਵਲਿਸਟ, ਉਹਨਾਂ ਦਾ ਨਾਵਲ ਪੜ੍ਹੋ। ਜਦੋਂ 1907 ਦੇ ਵਿੱਚ ਕੈਨੇਡਾ 'ਚ ਸਾਨੂੰ ਵੋਟ ਦਾ ਹੱਕ ਖੋਰਿਆ ਗਿਆ, ਕੈਨੇਡਾ 'ਚ ਸਾਡੇ ਕੋਲ ਵੋਟ ਦਾ ਹੱਕ ਇਸ ਕਰਕੇ ਖੋਇਆ ਗਿਆ ਕਿਉਂਕਿ ਅਸੀਂ ਰੈਵੋਲਿਊਸ਼ਨ ਸ਼ੁਰੂ ਕਰਤਾ ਸੀ। ਖਾਲਸਾ ਦੀਵਾਨ ਸੁਸਾਇਟੀ ਹੋਣ 'ਚ ਆ ਗਈ, ਇਕੱਠ ਹੋਣ ਲੱਗ ਗਏ। ਉੱਥੇ ਜਾਤ ਪਾਤ, ਕਾਸਟਿਜ਼ਮ, ਰੇਸਿਜ਼ਮ ਅਤੇ ਇੰਪੀਰੀਅਲਿਜ਼ਮ, ਬਸਤੀਵਾਦ, ਉਹਨਾਂ ਦੇ ਖਿਲਾਫ ਮੂਵਮੈਂਟ ਸ਼ੁਰੂ ਹੋ ਗਈ। ਅੰਗਰੇਜ਼ ਇਸ ਗੱਲ ਤੋਂ ਡਰ ਗਏ, ਉਹਨਾਂ ਨੇ ਪਾਬੰਦੀ ਲਾ ਦਿੱਤੀ, ਵੋਟਾਂ ਦਾ ਹੱਕ ਖੋਲਿਆ। 1907 ਦੇ ਵਿੱਚ ਵੋਟਾਂ ਦਾ ਹੱਕ ਖੋਇਆ। ਕੰਟੀਨਿਊਸ ਜਰਨੀ ਦਾ ਕਾਲਾ ਕਾਨੂੰਨ ਲੱਗਿਆ, ਜਿਸ ਕਾਲੇ ਕਾਨੂੰਨ ਦੇ ਅਧੀਨ ਇਹ ਨਿਸ਼ਚਿਤ ਕਰ ਲਿਆ ਕਿ ਜੇ ਸਿੱਧੀ ਕੋਈ ਟਿਕਟ ਲੈ ਕੇ ਦੇਸ਼ ਤੋਂ ਆਏਗਾ ਉਹ ਹੀ ਆ ਸਕਦਾ, ਬਚਾ ਨਹੀਂ। ਫਿਰ ਪਰਿਵਾਰਾਂ ਨੂੰ ਆਉਣ 'ਤੇ ਮੁਕੰਮਲ ਪਾਬੰਦੀ। ਅਤੇ ਅੱਜ ਇੱਕ ਇਤਿਹਾਸ ਦੀ ਗੱਲ ਹੋਰ ਨੋਟ ਕਰ ਲੈਣਾ, ਮੈਂ ਕਈ ਵਾਰ ਕਹਿੰਦਾ ਹੁੰਦਾ ਜਦੋਂ ਅਸੀਂ ਸੰਗਤ ਦੇ ਵਿੱਚ ਬੈਠਦੇ ਹਾਂ ਨਾ, ਸਾਡੇ ਅੱਜ ਡਿਜੀਟਲ ਕੰਮ ਹੈ, ਸਾਡੇ ਫੋਨਾਂ 'ਤੇ ਰਿਕਾਰਡਿੰਗ ਹੋਣੀ ਚਾਹੀਦੀ ਹੈ ਜਾਂ ਸਾਡੇ ਕੋਲ ਨੋਟਸ ਲਈ ਕੋਈ ਕੁਝ ਨਾ ਕੁਝ ਰਿਟਨ ਹੋਣਾ ਚਾਹੀਦਾ, ਕਿਉਂਕਿ ਸਾਡੇ ਕੋਲ ਫਿਰ ਨਹੀਂ ਟਾਈਮ ਆਉਣਾ ਫਿਰ ਬੈਠ ਕੇ ਪੜ੍ਹਨ ਦਾ, ਫਿਰ ਭੁੱਲ ਜਾਣੀਆਂ ਅਸੀਂ ਗੱਲਾਂ। ਲਿਖਣਾ ਚਾਹੀਦਾ, ਨੋਟ ਡਾਊਨ ਕਰੋ। ਇਹ ਗੱਲ ਲਿਖਣ ਵਾਲੀ ਹੈ ਕਿ ਕੈਨੇਡਾ ਦੀ ਧਰਤੀ 'ਤੇ ਪਹਿਲਾ ਬੋਰਨ ਸਿੱਖ ਬੱਚਾ, ਅਨਡਿਵਾਈਡਡ ਸਾਂਝੇ ਪੰਜਾਬ ਦਾ ਬੱਚਾ, ਭਾਰਤ ਦੇ ਵਿੱਚੋਂ ਆਏ ਲੋਕਾਂ ਦਾ ਸਭ ਤੋਂ ਪਹਿਲਾ ਪਰਿਵਾਰ ਜਿਹੜਾ ਕੈਨੇਡਾ 'ਚ ਆਇਆ ਉਹ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਭਾਈ ਭਾਗ ਸਿੰਘ ਭਿੱਖੀਵਿੰਡ, ਇਹਨਾਂ ਦੇ ਪਰਿਵਾਰ ਕੈਨੇਡਾ 'ਚ ਆਏ। ਇਹਨਾਂ ਨੇ ਡੋਰ ਓਪਨ ਕੀਤਾ। ਅੱਜ ਬੱਚੇ ਜੰਮਦੇ ਆ, ਤੀਜੀ ਪੀੜ੍ਹੀ ਵਿਆਹ ਹੁੰਦੇ ਆ, ਨੱਚਦੇ ਆ, ਗਾਉਂਦੇ ਆ, ਲੋਹੜੀਆਂ ਮਨਾਉਂਦੇ ਆ, ਇਹਨਾਂ ਦਾ ਨਾਂ ਨਹੀਂ ਯਾਦ। ਇਹਨਾਂ ਨੇ ਦਰਵਾਜ਼ਾ ਖੋਲ੍ਹਿਆ ਸਤੰਬਰ 1912 ਨੂੰ। ਪਹਿਲਾ ਜਿਹੜਾ ਇਮੀਗ੍ਰੈਂਟ ਕਪਲ ਸੀ ਮਾਈਗ੍ਰੇਟ ਹੋ ਕੇ ਆਇਆ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਬੀਬੀ ਕਰਤਾਰ ਕੌਰ ਜੀ, ਉਹਨਾਂ ਦੇ ਗ੍ਰਹਿ ਵਿਖੇ 1912 ਦੇ ਵਿੱਚ ਜਨਮਿਆ ਪਹਿਲਾ ਬੱਚਾ, ਕੈਨੇਡਾ ਦਾ ਪਹਿਲਾ ਸਿੱਖ ਬੱਚਾ ਹੈ ਭਾਈ ਹਰਦਿਆਲ ਸਿੰਘ ਜੀ। ਇਹ ਹਿਸਟਰੀ ਅਸੀਂ ਯਕੀਨ ਮੰਨਿਓ, ਇੰਨੀ ਪਿਆਰੀ ਹਿਸਟਰੀ, ਜਦੋਂ ਤੁਸੀਂ ਸੱਚਮੁੱਚ ਦਿਲਚਸਪੀ ਨਾਲ ਪੜ੍ਹੋਗੇ ਕਦੇ ਮਨ ਵਾਹ ਬਾਗੋ ਬਾਗ ਹੋਏਗਾ, ਛਾਲਾਂ ਮਾਰੋਗੇ ਚਾਰ ਹੋਏਗਾ, ਕਦੇ ਧਾਹਾਂ ਕਦੇ ਚੀਖਾਂ ਨਿਕਲਣਗੀਆਂ। ਜਿਸ ਨੂੰ ਅਸੀਂ ਪਰੋਸਿਆ ਨਾ ਸਮਝਦੇ ਹਾਂ, ਆਹ ਥਾਲੀ 'ਚ ਪਰੋਸ ਕੇ ਬਣ ਗਿਆ ਜੀ, ਆਹ ਐਮ ਪੀ ਬਣ ਗਿਆ, MLA ਬਣ ਗਿਆ, ਮਿਨਿਸਟਰ ਬਣ ਗਿਆ, ਇਹ ਹੱਕ ਥਾਲੀ 'ਚ ਪਰੋਸ ਕੇ ਨਹੀਂ ਬਣੇ। ਇਹਨਾਂ ਨੌਜਵਾਨਾਂ ਨੇ ਸ਼ਹੀਦੀਆਂ ਪਾਈਆਂ ਅਤੇ ਸ਼ੇਰਾਂ ਦੀਆਂ ਮਾਰਾਂ, ਗਿੱਦੜਾਂ ਦੀਆਂ ਕਲੋਨਾਂ। ਜਦੋਂ ਭਾਈ ਬਲਵੰਤ ਸਿੰਘ ਖੁਰਦਪੁਰ ਪੰਜਾਬ 'ਚ ਗਏ ਕਿ ਸਾਡੇ ਵੀ ਕੈਨੇਡਾ ਦੇ ਵਿੱਚ ਇਹ ਪਾਬੰਦੀਆਂ ਨੇ, ਪੰਜਾਬ ਦੇ ਵਿੱਚ ਇੰਪੀਰੀਅਲਿਜ਼ਮ ਹੈ, ਮਾਈਕਲ ਅਡਵਾਇਰ ਦੀ ਇੱਕ ਕਿਤਾਬ ਹੈ ਇੰਡੀਆ ਐਜ਼ ਆਈ ਨਿਊ, ਮੈਂ ਇਸ ਆਰਟੀਕਲ ਦੇ ਤਕਰੀਬਨ ਸਾਰੇ ਅਖਬਾਰਾਂ 'ਚ ਛਪਿਆ ਹੋਇਆ, ਇੰਟਰਨੈਟ 'ਤੇ ਵੀ ਹੋਏਗਾ, ਉਹਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦੀ ਜਿਹੜੀ ਮੀਟਿੰਗ ਸੀਗੀ, ਮੀਟਿੰਗ ਦੇ ਮੌਕੇ 'ਤੇ ਅਡਵਾਇਰ ਨੇ ਕਿਹਾ ਕਿ ਸਾਰੇ ਜਿਹੜਾ ਵਫਦ ਹੈ, ਡੈਲੀਗੇਸ਼ਨ ਜਿਹੜਾ ਆਇਆ ਉਹਦੇ 'ਚੋਂ ਇੱਕ ਸਿੰਘ ਜਿਹੜਾ ਉਹ ਮੈਨੂੰ ਖਤਰਨਾਕ ਲੱਗਦਾ ਸਭ ਤੋਂ, ਕਿਉਂਕਿ ਉਹਦੀ ਐਕਟਿਵਿਜ਼ਮ, ਉਹਦੀ ਗੱਲਬਾਤ ਜਿਹੜੀ ਹੈ ਉਹ ਕਾਇਲ ਕਰਦੀ ਹੈ, ਉਹ ਭਾਈ ਬਲਵੰਤ ਸਿੰਘ ਖੁਰਦਪੁਰ ਸੀ। ਬੋਲੇ ਸੋ ਨਿਹਾਲ। ਤੇ 18 ਸਤੰਬਰ 1913 ਨੂੰ ਸ਼ਿਮਲੇ ਦੇ ਵਿੱਚ ਇਹ ਮੀਟਿੰਗ ਹੋਈ। ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ ਦੇ ਮੂੰਹ 'ਤੇ ਬਲਵੰਤ ਸਿੰਘ ਖੁਰਦਪੁਰ ਨੇ ਜਿਹੜੀ ਗੱਲ ਕਹੀ ਉਹਨੂੰ ਨਿਰੰਤਰ ਕੀਤਾ ਅਤੇ ਤਾਰ ਭੇਜ ਦਿੱਤੀ ਅਡਵਾਇਰ ਨੇ, ਕਿਉਂਕਿ ਅਗਲੀ ਮੀਟਿੰਗ ਇਸ ਬਾਬਤ ਦੀ ਜਿਹੜੀ ਸੀ
ਕਿਉਂਕਿ ਬ੍ਰਿਟਿਸ਼ ਇੰਪਾਇਰ ਸੀ, ਬ੍ਰਿਟਿਸ਼ ਇੰਡੀਆ ਸੀ, ਲੰਡਨ ਪਹਿਲਾਂ ਲੰਡਨ ਵਫਦ ਗਿਆ ਫਿਰ ਇੰਡੀਆ ਗਿਆ। ਅਗਲੀ ਮੀਟਿੰਗ ਸੀ ਭਾਰਤ ਦਾ ਜਿਹੜਾ ਵਾਇਸਰਾਏ ਉਹਦਾ ਨਾਂ ਸੀ ਲਾਰਡ ਹਾਰਡਿੰਗ, ਲਾਰਡ ਹਾਰਡਿੰਗ ਸ਼ਾਇਦ ਸੁਣਿਆ ਹੋਵੇ ਹਿਸਟਰੀ ਦੇ ਜੇ ਸਟੂਡੈਂਟ ਆ। 5 ਅਕਤੂਬਰ 1913 ਨੂੰ ਗੁਰਦੁਆਰਾ ਸਾਹਿਬ ਦਾ ਉਹ ਗ੍ਰੰਥੀ ਸਿੰਘ ਅਤੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਉਸ ਵੇਲੇ ਦਾ ਕਹਿ ਲਓ ਲਾਰਡ ਹਾਰਡਿੰਗ ਦੀ ਪਾਵਰ ਉਸ ਤੋਂ ਵੀ ਜ਼ਿਆਦਾ ਸੀ ਕਿਉਂਕਿ ਡਿਕਟੇਟਰਸ਼ਿਪ ਸੀ। ਵਾਇਸ ਰਾਏ ਨਾਲ ਹੱਥਾਂ ਮਿਲਾ ਕੇ ਗੱਲ ਕਰ ਰਿਹਾ ਕਿ ਉਹ ਵੀ ਸਾਡੇ ਨਾਲ ਇਹ ਧੱਕਾ ਹੋ ਰਿਹਾ, ਕੀ ਮਤਲਬ ਹੈ, ਅਸੀਂ ਸਾਬਕਾ ਸਿੱਖ ਫੌਜੀ ਵੀ ਤੁਹਾਡੇ ਤਾਂ ਤੁਸੀਂ ਤਾਂ ਦੇਣਦਾਰ ਇਹਨਾਂ ਲੋਕਾਂ ਨੇ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਰਥਿਕ ਕੰਗਾਲੀ ਹੋਈ, ਤਬਾਹ ਹੋਇਆ, ਕੋਈ ਲੰਮਾ ਇਤਿਹਾਸ ਹੈ। ਉਸ ਤੋਂ ਬਾਅਦ ਸਿੱਖ ਉਸ ਸਿਚੁਏਸ਼ਨ 'ਚ ਵੀ ਗਏ ਕਿ ਫੌਜ ਦੇ ਵਿੱਚ ਭਰਤੀ ਹੋਏ, ਕਈ ਉਹਦੇ 'ਤੇ ਕਿੰਤੂ ਪਰੰਤੂ ਕਰਦੇ, ਉਹਦੀਆਂ ਵੀ ਦਲੀਲਾਂ ਹੈ, ਅੱਜ ਸਮਾਂ ਨਹੀਂ। ਸਾਰਾ ਗੜੀ ਦਾ ਸਾਕਾ ਅੰਗਰੇਜ਼ਾਂ ਨੇ ਨਹੀਂ ਸੀ ਲੜੇ, ਉਹ ਇੱਕ ਕਸਮ ਪ੍ਰਣ ਦ੍ਰਿੜ ਇਰਾਦੇ 'ਤੇ ਨਿਸ਼ਚਿਤ ਰੂਪ ਦੇ ਵਿੱਚ ਜਿੱਥੇ ਉਹਨਾਂ ਦੀ ਆਪਣੀ ਕਰਮ ਭੂਮੀ ਸੀ ਉੱਥੇ ਉਹ ਲੜੇ, ਕਿਉਂਕਿ ਉਹਨਾਂ ਦਾ ਫਰਜ਼ ਸੀ। ਅੱਜ ਦੁਨੀਆ ਦੀਆਂ ਸਭ ਤੋਂ ਵੱਡੀਆਂ ਬੈਟਲਸ ਦੇ ਵਿੱਚੋਂ ਸਾਰਾ ਗੜ ਦੀ ਉਹ ਲੜਾਈ ਵੀ ਗਿਣੀ ਜਾਂਦੀ ਹੈ। ਕਿ ਮੈਂ ਤਾਂ ਕਿਹਾ ਭਾਈ ਬਲਵੰਤ ਸਿੰਘ ਹੋਰਾਂ ਨੇ ਨਿਰੁੱਤਰ ਕੀਤਾ ਲਾਰਡ ਹਾਰਡਿੰਗ ਨੂੰ, ਪਰ ਖਾਲਸਾ ਜੀ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਉੱਥੇ ਪ੍ਰਚਾਰ ਕਰ ਰਹੇ ਸਨ, ਉਸ ਵੇਲੇ ਇੱਕ ਹੋਰ ਸ਼ਖਸ ਸੀ ਜਿਸਨੂੰ ਪੰਜਾਬ ਕੇਸਰੀ ਕਿਹਾ ਜਾਂਦਾ, ਲਾਜਪਤ ਰਾਏ। ਕਿਰਤੀ ਅਖਬਾਰ ਦੇ 1926 ਦੇ ਅੰਕ ਤੇ ਪੰਨਾ ਨੰਬਰ 14 ਤੇ ਇਹ ਲਿਖਿਆ ਹੋਇਆ ਕਿ ਲਾਜਪਤ ਰਾਏ ਨੇ ਇਹ ਗੁਰਤਾਪ ਸਿੰਘ ਦੇ ਜਿਹੜਾ ਵਫਦ ਆਇਆ ਇਹ ਸਿੱਖਾਂ ਦੇ ਵਾਸਤੇ ਹੀ ਹੈ, ਇਹ ਸਾਡੇ ਨਾਲ ਇਹਦਾ ਕੋਈ ਸੰਬੰਧ ਨਹੀਂ, ਅਸੀਂ ਇਹਨਾਂ ਦੀ ਮਦਦ ਨਹੀਂ ਕਰਨੀ। ਉਹ ਅੰਗਰੇਜ਼ਾਂ ਨੂੰ ਭਾਰਤ ਚੋਂ ਭਜਾਉਣ ਵਾਸਤੇ, ਬਸਤੀਵਾਦ ਨੂੰ ਖਤਮ ਕਰਨ ਵਾਸਤੇ, ਨਾਲ ਸਿੱਖਾਂ ਦੇ ਹੱਕ ਮੰਗਣ ਵਾਸਤੇ ਗਏ ਸੀ, ਪਰ ਇਹ ਲਾਜਪਤ ਰਾਏ ਨੇ ਪੰਜਾਬ ਕੇਸਰੀ ਅੱਜ ਅਸੀਂ ਕਹਿੰਦੇ ਹਾਂ ਬਾਬਿਆਂ ਨੇ ਫੰਡਾਂ 'ਚ ਦੁਰਵਰਤੋਂ ਕੀਤੀ। ਕੇਸਰ ਸਿੰਘ ਨਾਵਲਿਸਟ ਪੜ੍ਹੋ, ਜਸਵੰਤ ਸਿੰਘ ਕਮਲ ਪਿੰਡ ਢੁੱਡੀਕੇ, ਢੁੱਡੀਕੇ ਲਾੜੇ ਦੇ ਨਾਨਕੇ ਸੀ ਅਤੇ ਹਰਪੂਰ ਦਾ ਇਹ ਜੰਮਿਆ ਸੀ, ਇਹ ਇਤਿਹਾਸ ਹੈ, ਮੈਂ ਉਸ ਦੇ ਸਮਾਂ ਅਜਾਈ ਨਹੀਂ ਗਵਾਉਣਾ। ਭਾਈ ਸਾਹਿਬ ਬਲਵੰਤ ਸਿੰਘ ਜੀ ਨੇ ਜਦੋਂ ਇਹ ਗੱਲ ਕਹੀ ਤੇ ਇੱਕ ਪਾਸੇ ਮਜੀਠੀਏ ਵਰਗੇ ਜਿਹੜੇ ਕਾਬਜ਼ ਸਨ, ਅਰੂੜ ਸਿੰਘ ਵਰਗੇ, ਉਹਨਾਂ ਨੇ ਇਹਨਾਂ ਯੋਧਿਆਂ ਨੂੰ ਅੰਗਰੇਜ਼ਾਂ ਦੀ ਸ਼ਹਿਰ ਤੇ ਬਿਲਕੁਲ ਧਿਕਾਰ ਦਿੱਤਾ, ਤੇ ਦੂਜੇ ਪਾਸੇ ਆ ਜਿਹੜੇ ਹਿੰਦੂ ਤਵੀ ਸੀ ਇਹਨਾਂ ਨੇ ਲਗਾਤਾਰ ਇਹਨਾਂ ਦਾ ਵਿਰੋਧ ਕੀਤਾ। ਇਹ ਇਤਿਹਾਸ ਹੈ, ਭੁੱਲਣਾ ਨਹੀਂ। ਅਸੀਂ ਵਾਪਸ ਆਏ ਇਸ ਕੈਨੇਡਾ ਦੀ ਧਰਤੀ ਤੇ ਆ ਕੇ ਸ਼ਹੀਦ ਭਾਈ ਭਾਗ ਸਿੰਘ ਪਿੱਕੀਵਿਨ ਅਤੇ ਸ਼ਹੀਦ ਭਾਈ ਫਤਨ ਸਿੰਘ ਦਲੇਰ ਸਿੰਘ ਵਾਲਾ, ਹੌਪਕਿਨਸਨ ਐਂਗਲੋ ਇੰਡੀਅਨ ਸਪਾਏ, ਇੰਡੀਆ ਦਾ ਸੀ, ਬ੍ਰਿਟਿਸ਼ ਦਾ, ਲੰਡਨ ਦਾ ਸੀ, ਕੈਨੇਡਾ ਦਾ ਸੀ, ਤਿੰਨ ਥਾਂ ਤੇ ਜਸੂਸੀ ਕਰਦਾ ਸੀ। ਅੱਜ ਦੇ ਵਿਪਿਨ ਗੁਪਤਾ ਵਰਗੇ ਤਾਂ ਅਜੇ ਥੋੜ੍ਹੇ ਆ ਨਾ, ਛੋਟੇ, ਉਹ ਬੜੇ ਵੱਡੇ ਪੱਧਰ ਤੇ ਸੀ, ਪਰ ਪੈਟਰਨ ਉਹੀ ਹੈ, ਪੈਟਰਨ ਬਦਲਿਆ ਨਹੀਂ। ਜਿੱਦਣ ਤੁਸੀਂ ਕੜੀਆਂ ਜੋੜ ਕੇ ਦੇਖਣੀਆਂ ਸ਼ੁਰੂ ਕਰਕੇ ਖਾਲਸਾ ਜੀ ਮਨ ਦੇ ਵਿੱਚ ਵਿਰਧਾ ਖਤਮ ਹੋ ਜਾਣੀ, ਕੜੀਆਂ ਨਹੀਂ ਅਸੀਂ ਜੋੜਦੇ, ਕਦੇ ਵੀ ਨਹੀਂ ਜੋੜਦੇ। ਉਹ ਜੀ ਪੁਰਾਤਨ ਇਤਿਹਾਸ ਸੀ, ਉਹ ਮੱਧ ਕਾਲ ਦਾ ਇਤਿਹਾਸ ਸੀ, ਇਹ ਵਰਤਮਾਨ ਇਤਿਹਾਸ ਸੀ, ਨਿਰੰਤਰ ਇਤਿਹਾਸ ਹੈ, ਲਗਾਤਾਰ ਹੈ। ਤੇ ਉਹਨੇ ਸਾਡਾ ਹੀ ਬੰਦਾ ਖਰੀਦਿਆ, ਜਿਵੇਂ ਕਿ ਭਾਈ ਅਮਰਜੀਤ ਸਿੰਘ ਤੇ ਅਟੈਕ ਕਰਨ ਲਈ ਖਰੀਦੇ ਬੰਦੇ ਆਪਣੇ, ਉਹ ਖਰੀਦਿਆ ਬੰਦਾ ਸੀ ਬੇਲਾ ਗਿਆਨ। ਇਹ ਸੰਨ 2023 ਦੀ ਘਟਨਾ, ਉਹ 1914 ਦੀ ਘਟਨਾ, ਇਹ 18 ਜੂਨ ਦੀ ਤੇ ਉਹ 5 ਸਤੰਬਰ ਦੀ। ਸੈਕਿੰਡ ਐਵਨਿਊ ਦੇ ਗੁਰਦੁਆਰੇ ਵਿਖੇ ਗੋਲੀਆਂ ਚਲਾਈਆਂ, ਗੁਰਦੁਆਰੇ ਦੇ ਅੰਦਰ ਗੋਲੀਆਂ ਚਲਾ ਕੇ ਪਹਿਲੇ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਭਾਈ ਭਾਗ ਸਿੰਘ ਜੀ, ਉਹਨਾਂ ਨੂੰ ਸ਼ਹੀਦ ਕੀਤਾ। ਦੂਜਾ ਨਿਸ਼ਾਨਾ
ਹਜ਼ੂਰੀ ਦੇ ਵਿੱਚ ਚੌਰ ਕਰ ਰਹੇ ਸਨ, ਬੈਠੇ ਸਨ ਭਾਈ ਗੋਬਿੰਦ ਸਿੰਘ ਜੀ ਖੁਦ ਪਰ ਸਭ ਤੋਂ ਵੱਡੇ ਨੇਤਾਵਾਂ ਲੀਡਰਾਂ ਦੇ ਵਿੱਚੋਂ ਸਨ। ਜਦੋਂ ਉਧਰ ਨੂੰ ਨਿਸ਼ਾਨਾ ਕੀਤਾ, ਬਦਨ ਸਿੰਘ ਦਲੇਰ ਸਿੰਘ ਵਾਲਾ ਨੇ ਉਸ ਨੂੰ ਜਿਉਂ ਚੰਬਿਆ ਕਿ ਉਹਨੇ ਆਪਣਾ ਰਿਵਾਲਵਰ ਉਧਰ ਕਰ ਦਿੱਤਾ ਤੇ ਭਾਈ ਸਾਹਿਬ ਦੀ ਸ਼ਹੀਦੀ ਹੋ ਗਈ। ਭਾਈ ਗੁਰਬੰਦ ਸਿੰਘ ਦੀ ਬਚ ਗਈ, ਨਹੀਂ ਤਾਂ ਉਹਨਾਂ ਨੂੰ ਨਿਸ਼ਾਨੇ ਤੇ ਸੀ। ਤੇ ਭਾਈ ਮੇਵਾ ਸਿੰਘ ਜੀ ਬੈਠੇ ਸੀ ਸੰਗਤਾਂ ਦੇ ਵਿੱਚ, ਕੀਰਤਨ ਕਰਕੇ ਆਏ ਸੀ, ਕੀਰਤਨੀਏ ਸੀ ਨਿਰੋਲ ਸਿੰਘ, ਦਾਵਾ ਛਕਤਾ, ਅਗਲਿਆਂ ਨੇ ਕਾਮਰੇਡ ਬਣਾ ਤੇ ਸਾਰੇ ਗਦਰੀ ਬਾਬੇ। ਨਾ ਬਣੋ ਠੀਕ ਹੈ, ਰੋਣਾ ਸਾਨੂੰ ਰੋਣ ਦਾ ਹੱਕ ਨਹੀਂ, ਕਿਉਂਕਿ ਅਸੀਂ ਕੀਤਾ ਕੱਖ ਨਹੀਂ, ਅਸੀਂ ਮਿਲਕ ਰਹੇ ਬਹੁਤ ਅੱਜ ਸਾਡਾ ਇਤਿਹਾਸ ਤੁਸੀਂ ਸਾਹਮਣੇ ਨਹੀਂ ਦੇਵੇ, ਕਿਸੇ ਨੇ ਰੋਕਿਆ ਸੀ। ਆਪਣੇ ਇਤਿਹਾਸ ਹੀ ਆਪ ਪੜਚੋਲ ਨਹੀਂ ਕਰਨੀ, ਪਰ ਜਿਹਦੇ ਹੱਥ ਜੋ ਆਊਗਾ ਤਾਂ ਕਰੂੰਗਾ ਹੀ, ਅਜੇ ਤਾਂ ਹੋਣਾ ਬਹੁਤ ਕੁਛ। ਨਿਰੋਲ ਨਿਰੋਲ ਸਿੱਖ ਸਨ ਭਾਈ ਮੇਵਾ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀਏ ਸੇਵਾਦਾਰ ਸਨ ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਗ੍ਰੰਥੀ ਸਿੰਘ ਸਨ, ਭਾਗ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਧਾਨ ਸਨ, ਇਹਨਾਂ ਦੀਆਂ ਸ਼ਹੀਦੀਆਂ ਹੋਈਆਂ ਤੇ ਭਾਈ ਮੇਵਾ ਸਿੰਘ ਜੀ ਨੇ ਹਰਿਕ੍ਰਿਸ਼ਨ ਨੂੰ ਸੋਧਿਆ। 21 ਅਕਤੂਬਰ 1914 ਨੂੰ ਵੈਨਕੂਵਰ ਆਰਟ ਗੈਲਰੀ, ਜਿੱਥੇ 1984 ਦੇ ਸਿੱਖ ਜੈਨੋਸਾਈਡ ਲਈ ਅਸੀਂ ਇਕੱਠੇ ਹੁੰਦੇ, ਉੱਥੇ ਸੋਧਾ ਲਾਇਆ ਸੀ। ਤੇ ਅਗਲੇ ਸਾਲ 11 ਜਨਵਰੀ 1915 ਨੂੰ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਇੱਧਰੋਂ ਜਦੋਂ ਉਹ ਬਚ ਗਏ ਭਾਈ ਬਲਵੰਤ ਸਿੰਘ ਜੀ, ਫਿਰ ਫੈਸਲਾ ਕੀਤਾ ਕਿ ਹੁਣ ਲੜਾਈ ਸਿੱਧੀ ਨੱਕੋ ਨੱਕ ਹੈ। ਭਾਈ ਸਾਹਿਬ ਜੀ ਉਸ ਵੇਲੇ ਦੇਸ਼ ਪੰਜਾਬ ਨੂੰ ਚੱਲ ਪਏ, ਗ੍ਰਿਫਤਾਰੀ ਹੋ ਗਈ, ਥਾਈਲੈਂਡ ਦੇ ਵਿੱਚ ਬੈਂਕਾਕ ਦੇ ਵਿੱਚ ਅਰੈਸਟ ਹੋ ਗਏ, ਲਾਹੌਰ ਲਿਜਾਇਆ ਗਿਆ, ਕੇਸ ਚੱਲਿਆ, ਤੇ ਉਹੀ ਜਿਹੜੇ ਟਾਊਟ ਸਨ ਉੱਥੇ ਵੀ ਜਾ ਚੁੱਕੇ ਸਨ, ਉਹਨਾਂ ਨੇ ਗਵਾਹੀਆਂ ਦਿੱਤੀਆਂ। ਜਿੱਥੋਂ ਗੱਲ ਆਰੰਭ ਹੋਈ, ਜਿਹੜੀ ਡਾਇਰੀ ਨਾਲ ਸੀ ਉਹਦੇ 'ਤੇ ਲਿਖਿਆ ਸੀ, ਚੁੰਕਾਰ ਅਜ਼ਮਾ ਹਿੰਦੇ ਦਰਗੁਜ਼ਸ਼ ਹਲਾਲ ਅਸ ਗੁਰਦਨ ਬਸ ਸ਼ਮਸ਼ੀਰ ਦੱਸ, ਕਹਿੰਦੇ ਆਹ ਬੰਦਾ ਹੈ ਜਿਹੜਾ ਸਾਰਿਆਂ ਨੂੰ ਹਥਿਆਰ ਚੱਕ ਕੇ ਸਾਡੇ ਖਿਲਾਫ਼ ਕਰਦਾ ਸੀ, ਕਿਉਂਕਿ ਇਹਨਾਂ ਸਿੱਖਾਂ ਦਾ ਅਰਥ ਹੀ ਇਹ ਹੈ, ਜਦ ਧਿਰ ਉਪਾਵਾਂ ਦੀ ਹਾਰ ਦੀਏ ਤਦ ਜਾਇਜ਼ ਵਰਤੋਂ ਹਥਿਆਰ ਦੀਏ। ਤੇ ਇਸ ਆਧਾਰ ਤੇ ਕਿ ਬ੍ਰਿਟਿਸ਼ ਸਰਕਾਰ ਦਾ ਤਖ਼ਤਾ ਇਹਨਾਂ ਨੇ ਪਲਟਣਾ, ਭਾਈ ਸਾਹਿਬ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਉਹਨਾਂ ਦੀ ਪਤਨੀ ਬੀਬੀ ਕਰਤਾਰ ਕੌਰ ਨੂੰ ਦੱਸਿਆ ਗਿਆ ਕਿ 30 ਮਾਰਚ ਨੂੰ ਫਾਂਸੀ ਹੋਣੀ ਹੈ। ਇਸ ਗੱਲ ਤੋਂ ਕਿ ਲੋਕਾਂ ਦੇ ਅੰਦਰ ਵਿਦਰੋਹ ਪੈਦਾ ਹੋਏਗਾ, ਇੱਕ ਦਿਨ ਪਹਿਲਾਂ 29 ਮਾਰਚ ਅੱਜ ਦੇ ਦਿਨ 1917 ਨੂੰ ਭਾਈ ਸਾਹਿਬ ਨੂੰ ਫਾਂਸੀ ਦੇ ਦਿੱਤੀ ਗਈ, ਸ਼ਹੀਦੀ ਹੋ ਗਈ। ਅਗਲੇ ਦਿਨ ਭੈਣ ਜੀ ਆਉਂਦੇ ਨੇ ਕਿ ਮੈਂ ਪਹਿਲਾਂ ਮੁਲਾਕਾਤ ਕਰ ਲਵਾਂ, ਕੱਲ੍ਹ ਨੂੰ ਅੱਜ ਉਹਨਾਂ ਨੂੰ ਫਾਂਸੀ ਦੇਣੀ ਹੈ, ਤਾਂ ਪਤਾ ਲੱਗਿਆ ਕਿ ਉਹ ਸ਼ਹੀਦ ਕੀਤੇ ਜਾ ਚੁੱਕੇ। ਉਹ ਯੋਧੇ, ਉਹਨਾਂ ਦਾ ਇਤਿਹਾਸ, ਤੇ ਅੱਜ ਉਹ ਚੜ੍ਹਦੀ ਕਲਾ ਨੂੰ ਅਸੀਂ ਛੱਡ ਕੇ, ਅਸੀਂ ਚੜ੍ਹਦੀ ਕਲਾ ਦੇ ਸਿੱਖ ਹੈਰੀਟੇਜ ਮਹੀਨੇ ਦੇ ਵਿੱਚ ਅਸੀਂ ਕਰ ਕੀ ਰਹੇ ਹਾਂ। ਸਾਨੂੰ ਯਾਦ ਕਰਨਾ ਚਾਹੀਦਾ ਸਾਡੀਆਂ ਵਿਰਾਸਤਾਂ 'ਚ ਪ੍ਰਾਪਤੀਆਂ ਦੀ ਗੱਲ, ਕਿ ਸਿੱਖਾਂ ਨੇ ਇੱਥੇ ਆ ਕੇ ਨਸਲਵਾਦ ਨੂੰ ਕਿਵੇਂ ਖਤਮ ਕੀਤਾ, ਬਸਤੀਵਾਦ ਨੂੰ ਕਿਵੇਂ ਖਤਮ ਕੀਤਾ, ਮੂਲ ਵਾਸੀਆਂ ਨੂੰ ਕਿਵੇਂ ਬਰਾਬਰ ਖੜਾ ਕੀਤਾ, ਦੇਸ਼ ਲਈ ਕੁਰਬਾਨੀ ਵੀ ਕੀਤੀ, ਪਰ ਦੇਸ਼ ਵਾਲੇ ਅੱਜ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜਾਂ ਦੀਆਂ ਖਲੋਲਾਂ ਅੱਜ ਕਬਜ਼ਾ ਕਰਕੇ ਸਿੱਖਾਂ ਨਾਲ ਧੱਕਾ ਕਰ ਰਹੇ ਨੇ, ਪਰ ਚੜ੍ਹਦੀ ਕਲਾ ਦੀ ਥਾਂ 'ਤੇ ਅਸੀਂ ਮਨਾ ਕੀ ਰਹੇ ਹਾਂ ਜੀ। ਅਸੀਂ ਮਨਾ ਰਹੇ ਹਾਂ ਕਿ ਚੜ੍ਹਦੀ ਕਲਾ ਲੋ ਪ੍ਰੈਸ਼ਰ, ਆਹ ਸੈਮੀਨਾਰ ਹੋ ਰਹੇ ਹੈ ਇਹਨਾਂ ਦਿਨਾਂ 'ਚ, ਮੈਂ ਹੈਰਾਨ ਹਾਂ ਤੁਸੀਂ ਸਿੱਖ ਸੋਵਰਟੀ ਵਾਲੇ ਬੰਦੇ, ਈਵਨ ਇੱਕ ਸੈਮੀਨਾਰ ਇਸ ਗੁਰਦੁਆਰਾ ਸਾਹਿਬ ਵੀ ਹੋਣਾ ਕਿ ਆਪਣੀ ਕਿ ਜਿਹੜੀ ਆਪਣੇ ਜੀਵਨ ਦੇ ਵਿੱਚ ਜਿਹਨਾਂ ਨੂੰ ਸਮਝ ਨਹੀਂ ਆਉਂਦੀ ਚੜ੍ਹਦੀ ਕਲਾ ਦੇ ਵਿੱਚ, ਉਹਦੇ ਬਾਰੇ ਗੱਲ ਕਰੋ, ਚੜ੍ਹਦੀ ਕਲਾ ਦੀ ਪ੍ਰਾਪਤੀਆਂ ਦੱਸੋ, ਇਹ ਜਿਹੜੀਆਂ ਸਾਡੀਆਂ ਊਣਤਾਈਆਂ ਕਮਜ਼ੋਰੀਆਂ ਘਾਟਾਂ, ਇਹਨਾਂ ਦੀ ਗੱਲ ਤਾਂ ਸਾਡੀ ਲਗਾਤਾਰ ਹੁੰਦੀ ਰਹਿੰਦੀ ਹੈ। ਇੱਕ ਮਹੀਨੇ 'ਚ ਦੱਸੋ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਜਿਹੜੀਆਂ ਸਾਡੀਆਂ ਪ੍ਰਾਪਤੀਆਂ ਦੀਆਂ ਗੱਲਾਂ ਨੇ, ਕਿ ਸਿੱਖਾਂ ਨੇ ਦੁਨੀਆਂ ਦੇ ਵਿੱਚ ਸਭ ਤੋਂ ਜੇ ਬਿਹਤਰੀਨ ਰਾਜ ਕੀਤਾ ਤਾਂ ਗੁਰੂ ਸ਼ਬਦ ਦੀ ਪ੍ਰੇਰਨਾ ਵਾਲਾ ਬੰਦਾ ਸਿੰਘ ਬਹਾਦਰ ਨੇ ਕੀਤਾ,
ਜਦੋਂ ਜ਼ਮੀਨਾਂ ਦੇ ਮਾਲਕ ਹਰ ਵਾਰ ਬਣੇ ਜਿਨ੍ਹਾਂ ਨੂੰ ਤੁਸੀਂ ਅੱਜ ਕਾਸਟ ਓਵਰ ਕਾਸਟ ਦੇ ਵਿੱਚ ਜ਼ੁਲਮ ਤੇ ਜਬਰ ਕਰਦੇ ਹੋਏ ਵਿਤਕਰੇ ਨਾਲ ਦੇਖ ਰਹੇ ਹੋ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਕਿਸੇ ਇੱਕ ਨੂੰ ਫਾਂਸੀ ਨਹੀਂ ਹੋਈ, ਕਿਸੇ ਦੇ ਉੱਪਰ ਜ਼ੁਲਮ ਨਹੀਂ ਹੋਇਆ, ਪਰ ਕੈਪਟਨ ਇਨਕਮ ਸਭ ਤੋਂ ਵੱਡੀ ਸੀ। ਮਨੀ ਦਾ ਲੈਵਲ ਜਿਹੜਾ ਇਹ ਸੀ ਕਿ ਇੱਕ ਰੁਪਈਆ 14-13 ਪੌਂਡ ਦੇ ਬਰਾਬਰ ਸੀ। ਸਰਚ ਕਰ ਲਓ 1800-1839 ਗਿਣ ਕੇ ਦੇਖਿਓ, ਤੇ ਅੱਜ ਇਹਨਾਂ ਦਾ ਰੁਪਈਆ ਜਿਹੜੇ ਖਾ ਗਏ ਕਿਤੇ ਬੋਫੋਰਸ ਦੇ ਵਿੱਚ, ਕਿਤੇ ਸਵਿਸ ਦੇ ਵਿੱਚ, ਆਪ ਹੀ ਅਡਾਨੀ ਅਬਾਨੀ ਤੇ ਕੁਝ ਲੋਕਾਂ ਦੇ ਰਾਣੀਪੁਰਾ ਦੇਸ਼ ਟੁੱਟ ਲਿਆ, ਅੱਜ ਕਿੱਥੇ ਖੜਾ। ਤੇ ਇਹ ਵੀ ਸੀ ਕਿ ਬਾਹਰਲੇ ਜਰਨੈਲ ਆ ਕੇ ਨੌਕਰੀਆਂ ਕਰਦੇ ਸਨ, ਜਨਰਲ ਵੈਂਚਰ ਆ ਕੇ, ਤੇ ਅੱਜ ਅਸੀਂ ਸਾਰੇ ਦੇ ਸਾਰੇ ਇਹਨਾਂ ਦੇ ਕੋਲ ਇਹਨਾਂ ਦੇਸ਼ਾਂ 'ਚ ਜਾ ਰਹੇ ਹਾਂ। ਕਿਉਂ? ਆਪਣੇ ਸਿਸਟਮ ਲਈ। ਇਹ ਸਾਡੀ ਪ੍ਰਾਪਤੀ ਸੀ, ਇਹ ਪ੍ਰਾਪਤੀਆਂ ਦੱਸਣੀਆਂ ਸੀ। ਇੱਕ ਮਹੀਨੇ ਦੇ ਵਿੱਚ ਸਕੂਲਾਂ 'ਚ, ਐਜੂਕੇਸ਼ਨ ਸੈਂਟਰਾਂ 'ਚ, ਕੈਨੇਡਾ ਦੀ ਗੌਰਮੈਂਟ, BC ਦੀ ਗੌਰਮੈਂਟ ਕਹਿੰਦੀ ਹੈ ਕਿ ਤੁਸੀਂ ਆਪਣਾ ਇਤਿਹਾਸ ਦੱਸੋ, ਅਸੀਂ ਦੱਸੀਏ ਕਿ ਅਸੀਂ ਆਪਣੀ ਨੌਲੇਜ ਹੀ ਸੀਮਿਤ ਕਰ ਲਈ ਅਤੇ ਅਸੀਂ ਆਉਣਾ, ਕੈਨੇਡਾ ਪਹੁੰਚੇ, ਬਸ ਇਸ ਤੋਂ ਬਾਅਦ ਸਾਡੀਆਂ ਅਰਦਾਸਾਂ ਪੂਰੀਆਂ ਹੋ ਗਈਆਂ, ਬਸ ਆਹੀ ਮਕਸਦ ਸੀ। ਕੀ ਹੋ ਗਿਆ? ਫਿਰ ਕਿੰਨੀ ਵੱਡੀ ਪ੍ਰਾਪਤੀ ਕਰ ਲਈ। ਐਵੇਂ ਤਾਂ ਕੈਨੇਡਾ ਆਏ ਸੀ, ਭਾਈ ਬਲਵੰਤ ਸਿੰਘ ਵੀ ਕੈਨੇਡਾ ਆਏ ਸੀ, ਅਤੇ ਸਾਡੇ ਵਰਗਿਆਂ ਲਈ ਕਿ ਇਹ ਰਾਜ ਮਾਨਣ, ਸ਼ਹੀਦੀਆਂ ਪਾ ਗਏ, ਜੇ ਨਾ ਜਾਂਦੇ, ਸ਼ਹੀਦ ਨਾ ਹੁੰਦੇ ਤਾਂ ਅੱਜ ਸਭ ਤੋਂ ਅਮੀਰਾਂ ਦੇ ਵਿੱਚ ਇਹਨਾਂ ਦੇ ਬੱਚਿਆਂ ਦੀ ਚੌਥੀ ਪੰਜਵੀਂ ਪੀੜ੍ਹੀ ਦਾ ਨਾਮ ਹੋਣਾ ਸੀ। ਪਰ ਨਹੀਂ, ਜਿਨ੍ਹਾਂ ਦੇ ਅੰਦਰ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਾਂ ਤਲੀ ਗਲੀ ਮੇਰੀ ਆਓ, ਹੁਣ ਤੁਮਾਰੇ ਪੈਰ ਧਰੀਜੇ, ਸਿਰ ਜੀਜੇ, ਕਾਢ ਨਾ ਕੀਜੇ। ਇਹ ਸੋਚ ਹੈ, ਇਤਿਹਾਸ ਪੜ੍ਹੋ, ਵਿਰਾਸਤ ਦੀ ਗੱਲ ਕਰੋ। ਗੁਰਦੁਆਰਾ ਸਾਹਿਬ ਦਾ ਇੱਕ ਵਾਰ ਫਿਰ ਧੰਨਵਾਦ। ਇਹ ਅੱਜ ਦੇ ਪ੍ਰਸੰਗ ਕਿ ਜਿਹੜੀਆਂ ਪ੍ਰਦਰਸ਼ਨੀਆਂ ਨੇ, ਉਹਨਾਂ ਪ੍ਰਦਰਸ਼ਨੀਆਂ ਦੇ ਜਿਨ੍ਹਾਂ 'ਚ ਗਲਤ ਨੈਰੇਟਿਵ ਸਿਰਜਿਆ ਜਾ ਰਿਹਾ, ਉਹਨਾਂ ਦੇ ਬਾਰੇ ਗੱਲਬਾਤ ਕਰੋ। ਅਸੀਂ ਸਾਊਥ ਏਸ਼ੀਅਨ ਨਹੀਂ। ਜਦੋਂ ਸਾਨੂੰ ਹਿੰਦੂ ਕਿਹਾ, ਅਸੀਂ ਉਹਦਾ ਵਿਰੋਧ ਕੀਤਾ। ਜਦੋਂ ਸਾਨੂੰ ਪਾਕੀ ਕਿਹਾ, ਅਸੀਂ ਉਹਦਾ ਵਿਰੋਧ ਕੀਤਾ। ਅੱਜ ਸਾਨੂੰ ਸਾਊਥ ਏਸ਼ੀਅਨ ਦੀ, ਸਾਊਥ ਏਸ਼ੀਅਨ ਕਮਿਊਨਿਟੀ, ਉੱਠ ਕੇ ਕਿਹਾ ਕਰੋ। ਅਸੀਂ ਸਿੱਖ ਕੈਨੇਡੀਅਨ ਹਾਂ, ਮਾਣ ਨਾਲ ਕਹੋ। ਤੁਸੀਂ ਪੰਜਾਬੀ ਕੈਨੇਡੀਅਨ ਕਹਿ ਸਕਦੇ ਹੋ, ਜੋ ਮਰਜ਼ੀ ਹੈ। ਸਾਊਥ ਏਸ਼ੀਅਨ ਕੀ ਹੋਇਆ? ਸਾਨੂੰ ਇੱਕ ਐਸੀ ਕਰਨ ਦੇ ਵਿੱਚ ਸਾਡੀ ਆਈਡੈਂਟੀ, ਸਾਡੀ ਜ਼ੁਬਾਨ ਵੀ ਜਾਏਗੀ, ਸਾਡੀ ਪਛਾਣ ਵੀ ਜਾਏਗੀ, ਸਾਡਾ ਕੂੜਾ ਵੀ ਜਾਏਗਾ, ਸਾਡਾ ਜੂੜਾ ਵੀ ਜਾਏਗਾ। ਗੁਰੂ ਗ੍ਰੰਥ ਸਾਹਿਬ ਗੁਰਮੁਖੀ ਦੇ ਵਿੱਚ ਹੈ, ਸਾਡੀ ਜੇ ਪੰਜਾਬੀ ਜ਼ੁਬਾਨ, ਪੰਜਾਬੀਅਤ ਦੀ ਇਹ ਗੱਲ ਖਤਮ ਹੋ ਗਈ ਤਾਂ ਯਕੀਨ ਮੰਨਿਓ, ਇਹ ਯੋਧੇ ਭਾਈ ਬਲਵੰਤ ਸਿੰਘ ਖੁਰਦਪੁਰ ਵਰਗੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ, ਉਹ ਸਾਰੀਆਂ ਅੱਖੋਂ ਪਰੋਖੇ ਹੋ ਜਾਣੀਆਂ। ਆਓ ਉਹਨਾਂ ਨੂੰ ਚੇਤੇ ਕਰਦੇ ਹੋਏ ਇੱਕ ਵਾਰ ਫਿਰ ਇਹੀ ਅਰਦਾਸ ਹੈ, ਗੁਰੂ ਕਿਰਪਾ ਕਰੇ ਕਿ ਅਸੀਂ ਉਹਨਾਂ ਨਕਸ਼ੇ ਕਦਮਾਂ 'ਤੇ ਚੱਲ ਸਕੀਏ। ਹੋਈਆਂ ਵਿਸਾਖੀਆਂ ਦੀ ਕਿਮਾ, ਆਪ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।